ਮੁਹੰਮਦ ਸਾਹਿਬ ਕਹਿੰਦੇ ਨੇ ਅੱਜ ਉਸੇ ਦੀ ਪ੍ਰਵਾਨ ਹੈ ਜਿਸਨੇ ਕਰਜ਼ਾ ਨਾ ਦੇਣਾ। ਤੁਹਾਡੇ ਹੁਣ ਥੋੜ੍ਹੇ ਜਿਹਾ ਪੈਸਿਆਂ ਪਿੱਛੇ ਮੇਰੀ ਹੱਜ ਖਰਾਬ ਹੋ ਜਾਏ, ਹੈ ਲਾ ਦੱਸੋ। ਮੁਸਲਮਾਨ ਆਪਣਾ ਕਰਜ਼ਾ ਨਿਬੇੜ ਕੇ ਜਾਂਦੇ ਨੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਹਦਾ ਕਰਜ਼ਾ ਦੇਣਾ ਹੈ ਔਰ ਕੀ ਕਰਜ਼ਾ ਦੇਣਾ ਹੈ, ਕਿਤਨਾ ਕਰਜ਼ਾ ਦੇਣਾ ਹੈ, ਇਸ ਤਰ੍ਹਾਂ ਦੇ ਕਰਜ਼ੇ ਦੀ ਗੱਲ ਗੁਰੂ ਰਾਮਦਾਸ ਜੀ ਨਹੀਂ ਕਰ ਰਹੇ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਣ ਲਾਤਾ। ਰਿਣ ਲੈ ਗਏ, ਰਿਣ ਕਰਜ਼ੇ ਨੂੰ ਕਹਿੰਦੇ, ਕਹਿੰਦੇ ਰਿਣੀ ਆ ਮੈਂ ਤੁਹਾਡਾ ਕਰਜ਼ਾ, ਰਿਣ 'ਤੇ ਲੈ ਗਿਆ, ਕਰਜ਼ਾ 'ਤੇ ਲੈ ਗਿਆ। ਵਿਦਵਾਨਾਂ ਨੇ, ਅਨੁਭਵੀ ਪੁਰਸ਼ਾਂ ਨੇ ਹਰ ਮਨੁੱਖ ਦੇ ਉੱਤੇ ਚਾਰ ਕਰਜ਼ੇ ਮੰਨੇ ਨੇ। ਚਾਰ ਕਿਹੜੇ? ਪਿਤਰੀ ਰਿਣ, ਦੇਵ ਰਿਣ, ਗੁਰੂ ਰਿਣ, ਬ੍ਰਹਮ ਰਿਣ। ਇਹ ਚਾਰ ਕਰਜ਼ੇ, ਪਿਤਰੀ ਰਿਣ, ਦੇਵ ਰਿਣ, ਗੁਰੂ ਰਿਣ ਔਰ ਬ੍ਰਹਮ ਰਿਣ। ਮਾਂ ਬਾਪ ਦਾ ਕਰਜ਼ਾ, ਦੇਵਤਿਆਂ ਦਾ ਕਰਜ਼ਾ, ਗੁਰੂ ਦਾ ਕਰਜ਼ਾ, ਪਰਮਾਤਮਾ ਦਾ ਕਰਜ਼ਾ, ਕਰਜ਼ਾ ਹੀ ਆ, ਹਰ ਬਸ਼ਰ ਕਰਜ਼ਾ ਹੀ। ਪ੍ਰਥਮ ਪਿਤਰੀ ਰਿਣ, ਸੇਵਾ ਕਮਜ਼ੋਰ ਦੀ ਕਰਨੀ ਆਉਂਦੀ ਹੈ, ਸਿਮਰਨ ਸਰਵ ਕਲਾ ਸਮਰੱਥ ਪਰਮਾਤਮਾ ਦਾ ਕਰਨਾ ਹੈ। ਸੇਵਾ ਸੰਸਾਰ ਦੀ ਕਰਨੀ ਹੈ, ਨਿਰੰਕਾਰ ਦੀ ਨਹੀਂ। ਨਿਰੰਕਾਰ ਦੀ ਸੇਵਾ ਕਰਨ ਦੀ ਲੋੜ ਨਹੀਂ। ਗੁਸਤਾਖੀ ਮਾਫ, ਨਿਰੰਕਾਰ ਤੇ ਸਾਡੀ ਸੇਵਾ ਪਿਆ ਕਰਦਾ। ਹਮੇਸ਼ਾ ਸੇਵਾ ਕਮਜ਼ੋਰ ਦੀ ਆਉਂਦੀ ਹੈ, ਤਾਕਤਵਰ ਦੀ ਗੁਲਾਮੀ ਆਉਂਦੀ ਹੈ, ਨੌਕਰੀ ਆਉਂਦੀ ਹੈ, ਸੇਵਾ ਕਮਜ਼ੋਰ ਦੀ ਆਉਂਦੀ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰ ਗਏ ਬੈਸਣ ਪਾਈਏ। ਮਾਸੂਮ ਬੱਚਾ ਕਮਜ਼ੋਰ ਹੈ, ਨਵਾਂ ਜਨਮ ਹੈ, ਮਾਂ ਸੇਵਾ ਪਈ ਕਰਦੀ ਹੈ। ਉਹਨੂੰ ਰਾਜਾ ਬੇਟਾ ਆਖੀ ਜਾ ਰਹੀ, ਆਪ ਨੌਕਰਾਣੀ ਬਣੀ ਹੋਈ ਹੈ। ਉਹਦਾ ਮਲ ਮੂਤਰ ਸਾਫ ਕਰਦੀ, ਉਹਦੇ ਬਸਤਰ ਧੋਂਦੀ ਹੈ, ਉਹਦੀ ਖੁਰਾਕ ਦਾ ਖਾਣ ਪਾਣ ਦਾ ਖਿਆਲ ਰੱਖਦੀ ਹੈ, ਨੌਕਰਾਣੀ ਬਣੀ ਹੋਈ ਹੈ। ਪਿਤਾ ਨੌਕਰ ਬਣਿਆ ਹੈ। ਕਾਰਨ, ਬੱਚਾ ਕਮਜ਼ੋਰ ਹੈ, ਬਹੁਤ ਕਮਜ਼ੋਰ ਹੈ, ਅਤੇ ਸੇਵਾ ਕਮਜ਼ੋਰ ਦੀ ਆਉਂਦੀ ਹੈ। ਮਾਂ ਬਾਪ ਸੇਵਾ ਕਰ ਰਹੇ ਨੇ, ਫਿਰ ਸਹਿਜੇ ਸਹਿਜੇ ਮਾਂ ਬਾਪ ਬੁੱਢੇ ਹੋ ਗਏ, ਕਮਜ਼ੋਰ ਹੋ ਗਏ, ਪੁੱਤਰ ਜਵਾਨ ਹੋ ਗਿਆ, ਬਲਵਾਨ ਹੋ ਗਿਆ, ਹੁਣ ਇਹ ਮਾਂ ਬਾਪ ਦੀ ਸੇਵਾ ਕਰੇ ਤਾਂ ਇਹਦਾ ਕਰਜ਼ਾ ਲਏਗਾ, ਨਹੀਂ ਤਾਂ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਂ ਪਿਓ ਪਰ ਹਰ ਸੁਣੇ ਬੇਦ, ਭੇਦ ਨਾ ਜਾਣੇ ਕਥਾ ਕਹਾਣੀ। ਭਾਈ ਸਾਹਿਬ ਭਾਈ ਗੁਰਦਾਸ ਜੀ, ਮਾਂ ਬਾਪ ਦਾ ਕਰਜ਼ਾ ਤਾਂ ਨਿਬੇੜਿਆ ਨਹੀਂ, ਜਾ ਰਿਹਾ ਕਥਾ ਸੁਣਨ, ਧਰਮ ਗ੍ਰੰਥਾਂ ਦੀ, ਗਿਆਨ ਦੇ ਗ੍ਰੰਥਾਂ ਦੀ। ਭਾਈ ਸਾਹਿਬ ਕਹਿੰਦੇ ਨੇ, ਕਥਾ ਇੱਕ ਕਹਾਣੀ ਦਾ ਸੁਣਨਾ ਹੋਵੇਗਾ, ਇਹਦੇ ਪੱਲੇ ਕੱਖ ਨਹੀਂ ਪੈਣਾ, ਕਰਜ਼ਾ ਹੀ ਹੋਵੇਗਾ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ।
ਮਾਂ ਦਾ ਦਿਲ ਤੋੜ ਕੇ ਪਿਤਾ ਦੀ ਬੇਇੱਜ਼ਤੀ ਕਰਕੇ ਜਾ ਰਿਹਾ ਤੀਰਥਾਂ 'ਤੇ। ਭਾਈ ਸਾਹਿਬ ਕਹਿੰਦੇ ਨੇ ਸੈਰ ਸਪਾਟਾ ਹੋਵੇਗਾ, ਗੁੰਮਣ ਵਾਣੀ ਹੋਵੇਗੀ, ਔਰ ਕੁਛ ਵੀ ਕੁਛ ਵੀ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਦੇ ਸਿਰ ਦੇ ਉੱਤੇ ਚੁੰਨੀ ਪਾਟੀ ਹੋਈ ਹੈ, ਵਿਚਾਰੀ ਦੀ ਪੈਰਾਂ 'ਚ ਚੱਪਲ ਵੀ ਨਹੀਂ ਹੈ, ਐਨ ਤੇ ਟੁੱਟੀਆਂ ਹੋਈਆਂ, ਪਿਓ ਦੇ ਕੱਪੜੇ ਪਾਟੇ ਹੋਏ ਨੇ। ਇਹ ਮੰਦਿਰ ਗੁਰਦੁਆਰੇ 'ਚ ਬੜਾ ਦਾਨ ਪਿਆ ਕਰਦਾ। ਭਾਈ ਸਾਹਿਬ ਕਹਿੰਦੇ ਨੇ ਦਾਨੀ ਨਹੀਂ ਹੈ, ਮਹਾਂ ਬੇਈਮਾਨ ਹੈ, ਬੇਈਮਾਨ ਇਹ ਦਾਨੀ ਨਹੀਂ ਹੈ, ਇਹ ਕਰਜ਼ਾ ਹੀ ਨਹੀਂ ਚੁਕਾਇਆ, ਬੇਈਮਾਨ ਹੈ। ਅਤੇ ਜੋ ਕਰਜ਼ਾ ਨਾ ਦੇਵੇ ਉਹਨੂੰ ਕੀ ਕਹਿੰਦੇ ਨੇ? ਬੇਈਮਾਨ। ਇਹਨੇ ਪਿੱਤਰਾਂ ਦਾ ਕਰਜ਼ਾ ਹੀ ਨਹੀਂ ਨਿਬੇੜੇ, ਮਾਂ ਬਾਪ ਕਮਜ਼ੋਰ ਹੋ ਗਏ ਨੇ, ਸੇਵਾ 'ਤੇ ਕਮਜ਼ੋਰ ਦੀ ਕਰੀ ਦੀ ਹੈ। ਸੰਸਾਰ ਵਿੱਚ ਜਿਸ ਪੱਖ 'ਤੇ ਕੋਈ ਕਮਜ਼ੋਰ ਹੈ, ਸੇਵਾ ਉਸ ਦੀ ਕਰਨੀ। ਜੋ ਮੇਰੇ ਪਿੱਛੇ ਚੱਲ ਰਿਹਾ ਸੇਵਾ ਉਸ ਦੀ ਕਰਨੀ ਆਉਂਦੀ ਹੈ। ਬਰਾਬਰੀ 'ਤੇ ਆ ਜਾਏ, ਉਹਨੂੰ ਕਿਧਰੇ ਮੌਕਾ ਮਿਲਦਾ ਅਤੇ ਅੱਗੇ ਲੰਘੇ ਅਤੇ ਅੱਗੇ ਲੰਘ ਜਾਏ, ਇਹ ਰਾਜਨੈਤਿਕ ਨਹੀਂ ਕਰ ਸਕਦਾ। ਉਹਦੇ ਜੋ ਪਿੱਛੇ ਚੱਲ ਰਿਹਾ ਉਸ ਤੋਂ ਖਤਰਾ ਆਉਂਦਾ, ਕਿਧਰੇ ਬਰਾਬਰੀ 'ਤੇ ਨਾ ਆ ਜਾਏ, ਐਸਾ ਨਾ ਹੋਵੇ ਅੱਗੇ ਹੀ ਨਾ ਲੰਘ ਜਾਏ। ਤੋ ਜਿਹੜਾ ਪਿੱਛੇ ਆ ਰਿਹਾ ਹੁੰਦਾ ਉਹਨੂੰ ਖਿੱਚ ਕੇ ਲੱਤ ਮਾਰੀ ਜਾਂਦੀ ਹੈ, ਹੋਰ ਪਿੱਛੇ ਹੋ ਜਾਏ, ਨੇੜੇ ਨਾ ਹੋ ਜਾਏ। ਰਾਜਨੀਤੀ 'ਤੇ ਇਸ ਤਰ੍ਹਾਂ ਚੱਲਦਾ, ਹਕੀਕਤ ਸੱਚਾਈ ਹੈ ਨਹੀਂ, ਅਤੇ ਬਰਾਬਰੀ 'ਤੇ ਆ ਜਾਏਗਾ। ਫਿਰ ਬਰਾਬਰੀ 'ਤੇ ਆ ਗਿਆ ਤਾਂ ਖਤਰਾ ਵੀ ਹੋ ਸਕਦਾ, ਹੋ ਗਿਆ ਅੱਗੇ ਨਿਕਲ ਜਾਏ। ਸੇਵਾ ਧਾਰਮਿਕ ਮਨੁੱਖ ਕਰ ਸਕਦਾ, ਅੱਗੇ ਲੰਘਦਾ ਤਾਂ ਲੰਘ ਜਾਂਦਾ। ਇਹਦਾ ਪਿੱਛੇ ਹੋਣਾ ਮੈਨੂੰ ਅਖਰਦਾ ਹੈ, ਔਖਾ ਕਰਦਾ ਹੈ, ਅੰਦਰ ਇਤਨੀ ਦਇਆ ਹੈ। ਮੈਂ ਦੋ ਟਾਈਮ ਖਾ ਲੈਂਦਾ ਇਸ ਵਿਚਾਰੇ ਨੂੰ, ਕੋਲ ਦੋ ਟਾਈਮ ਖਾਣ ਦਾ ਨਹੀਂ। ਮੈਂ ਸੁੰਦਰ ਕੱਪੜੇ ਪਹਿਨ ਲੈਂਦਾ, ਇਹਦੇ ਪਾਟੇ ਹੋਏ ਨੇ, ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਹੈ। ਸੰਸਾਰ ਵਿੱਚ ਹਰ ਮਨੁੱਖ ਹਰ ਗੱਲ ਵਿੱਚ ਅੱਗੇ ਨਹੀਂ ਆਉਂਦਾ, ਕੋਈ ਕਲਾ ਵਿੱਚ ਪਿੱਛੇ ਆਉਂਦਾ, ਕੋਈ ਗਿਆਨ ਵਿੱਚ ਪਿੱਛੇ ਆਉਂਦਾ, ਕੋਈ ਧਨ ਵਿੱਚ ਪਿੱਛੇ ਆਉਂਦਾ, ਕੋਈ ਪ੍ਰਭਤਾ ਵਿੱਚ ਪਿੱਛੇ ਆਉਂਦਾ, ਹਰ ਗੱਲ ਵਿੱਚ ਕੋਈ ਮਨੁੱਖ ਅੱਗੇ ਨਹੀਂ ਆਉਂਦਾ। ਜਿਸ ਜਿਸ ਗੱਲ ਵਿੱਚ ਉਹ ਪਿੱਛੇ ਹੈ ਉਹਦੀ ਸੇਵਾ ਕਰਨੀ ਹੈ। ਵਿੱਚ ਦੁਨੀਆ ਸੇ ਕਮਾਈਏ ਤਾਂ ਦਰ ਗਏ ਬੈਸਣ ਪਾਈਏ। ਸੇਵਾ ਦੁਨੀਆ ਦੀ ਕਰਨੀ ਹੈ, ਸਿਮਰਨ ਦੇਨ ਦਾ ਕਰਨਾ ਹੈ। ਸੇਵਾ ਸੰਸਾਰ ਦੀ ਕਰਨੀ ਹੈ, ਸਿਮਰਨ ਨਿਰੰਕਾਰ ਦਾ ਕਰਨਾ ਹੈ। ਨਿਰੰਕਾਰ ਦੀ ਸੇਵਾ ਦੀ ਲੋੜ ਨਹੀਂ, ਨਿਰੰਕਾਰ ਨੂੰ ਪਾਣੀ ਪਿਲਾਓਗੇ ਜਿਹਨੇ ਸਤ ਸਾਗਰ ਬਣਾ ਦਿੱਤੇ ਨੇ। ਨਿਰੰਕਾਰ ਨੂੰ ਭੋਜਨ ਖਿਲਾਓਗੇ ਜਿਹੜਾ ਹੈ ਹੀ ਨਿਰਾਹਾਰ ਹੀ, ਉਹਦੀ ਕੀ ਸੇਵਾ ਕਰੋਗੇ? ਉਹਦੇ ਸਰਬ ਸ਼ਕਤੀਮਾਨ ਉਹ ਸਾਡੀ ਸੇਵਾ ਪਿਆ ਕਰਦਾ, ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ, ਉਹੀ ਦੇ ਰਿਹਾ। ਧਰਤੀ ਬਣ ਕੇ ਸਾਨੂੰ ਟਿਕਾਣਾ ਦਿੰਦਾ, ਉਸੇ ਨਹੀਂ ਦਿੰਦਾ। ਪਵਨ ਬਣ ਕੇ ਸਾਨੂੰ ਜੀਵਨ ਦਿੰਦਾ, ਪਾਣੀ ਬਣ ਕੇ ਸਾਨੂੰ ਜ਼ਿੰਦਗੀ ਦਿੰਦਾ, ਉਹੀ ਦੇ ਰਿਹਾ, ਉਹੀ ਦੇ ਰਿਹਾ। ਉਹ ਸਾਡੀ ਸੇਵਾ ਵਿੱਚ ਦਿਨ ਰਾਤ ਜੁਟਿਆ ਹੋਇਆ,
ਪਰਮਾਤਮਾ ਸੇਵਾ ਨਾ ਕਰੇ ਤਾਂ ਅਸੀਂ ਇੱਕ ਸੈਕਿੰਡ ਵੀ ਨਹੀਂ ਹੋ ਸਕਦੇ। ਉਹ ਹਵਾ ਬਣ ਕੇ ਸਾਨੂੰ ਪ੍ਰਾਣ ਦੇ ਰਿਹਾ ਹੈ, ਉਹ ਪਾਣੀ ਬਣ ਕੇ ਸਾਨੂੰ ਜੀਵਨ ਦੇ ਰਿਹਾ ਹੈ, ਉਹ ਧਰਤੀ ਬਣ ਕੇ ਸਾਨੂੰ ਟਿਕਾਣਾ ਦੇ ਰਿਹਾ ਹੈ, ਉਹ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਹੈ, ਔਰ ਕੌਣ ਦੇ ਰਿਹਾ ਉਸ ਤੋਂ ਬਿਨਾਂ? ਉਹਦੇ ਸਾਹਮਣੇ ਅਸੀਂ ਕਮਜ਼ੋਰ, ਲਾਗਰ, ਲਾਚਾਰ ਹਾਂ। ਸਾਡੀ ਸੇਵਾ ਵਿੱਚ ਉਹ ਜੁਟਿਆ ਹੋਇਆ, ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ, ਸਿਮਰਨ ਕਰਕੇ ਅਸੀਂ ਉਸ ਨਾਲ ਜੁੜ ਜਾਈਏ, ਸੰਬੰਧ ਜੁੜ ਜਾਏਗਾ। ਉਹ ਤਾਂ ਸਾਡੇ ਨਾਲ ਜੁੜਿਆ ਹੋਇਆ, ਕਿਉਂਕਿ ਸਾਡੀ ਸਿਮਰਤੀ ਦੇ 'ਚ ਨਹੀਂ ਹੈ, ਇਸ ਵਾਸਤੇ ਅਸੀਂ ਟੁੱਟੇ ਹੋਏ ਹਾਂ। ਜੋ ਭੁੱਲ ਗਿਆ ਸੰਬੰਧ ਟੁੱਟ ਗਿਆ, ਜੋ ਯਾਦ ਆ ਜਾਏ ਸੰਬੰਧ ਜੁੜ ਗਿਆ। ਸੰਬੰਧ ਯਾਦਾਂ ਦੇ ਨੇ, ਸਿਮਰਤੀ ਦੇ ਨੇ, ਚੇਤੇ ਦੇ ਨੇ। ਪਹਿਲਾ ਕਰਜ਼ਾ ਪਿਤਰੀ ਰਹਿਣ, ਮਾਂ ਬਾਪ ਨੇ ਸੇਵਾ ਕੀਤੀ ਸੀ, ਹੁਣ ਤੂੰ ਸੇਵਾ ਕਰ, ਇਹ ਕਰਜ਼ਾ ਉਤਰੇਗਾ। ਬੇਈਮਾਨ ਤੱਕ ਕਹਿ ਦਿੱਤਾ ਭਾਈ ਗੁਰਦਾਸ ਨੇ, ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਮਾਂ ਦਾ ਦਿਲ ਤੋੜ ਕੇ, ਪਿਤਾ ਦੀ ਬੇਇੱਜ਼ਤੀ ਕਰਕੇ ਜਾ ਰਿਹਾ ਤੀਰਥਾਂ 'ਤੇ। ਭਾਈ ਸਾਹਿਬ ਕਹਿੰਦੇ ਨੇ ਸੈਰ ਸਪਾਟਾ ਹੋਵੇਗਾ, ਗੋਮਣ ਵਾਣੀ ਹੋਵੇਗੀ, ਔਰ ਕੁਛ ਵੀ ਕੁਛ ਵੀ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਦੇ ਸਿਰ ਦੇ ਉੱਤੇ ਚੁੰਨੀ ਪਾਟੀ ਹੋਈ ਹੈ, ਵਿਚਾਰੀ ਦੀ ਪੈਰਾਂ 'ਚ ਚੱਪਲ ਵੀ ਨਹੀਂ ਹੈ, ਐਨ ਦੇ ਟੁੱਟੀਆਂ ਹੋਈਆਂ, ਪਿਓ ਦੇ ਕੱਪੜੇ ਪਾਟੇ ਹੋਏ ਨੇ। ਇਹ ਮੰਦਿਰ ਗੁਰਦੁਆਰੇ 'ਚ ਬੜਾ ਦਾਨ ਪਿਆ ਕਰਦਾ ਹੈ, ਭਾਈ ਸਾਹਿਬ ਕਹਿੰਦੇ ਨੇ ਦਾਨੀ ਨਹੀਂ ਹੈ, ਮਹਾਂ ਬੇਈਮਾਨ ਹੈ, ਬੇਈਮਾਨ ਇਹ ਦਾਨੀ ਨਹੀਂ ਹੈ, ਇਹ ਕਰਜ਼ਾ ਹੀ ਨਹੀਂ ਚੁਕਾਇਆ, ਬੇਈਮਾਨ ਹੈ। ਅਤੇ ਜੋ ਕਰਜ਼ਾ ਨਾ ਦੇਵੇ ਉਹਨੂੰ ਕੀ ਕਹਿੰਦੇ ਨੇ? ਬੇਈਮਾਨ। ਇਹਨੇ ਪਿਤਰਾਂ ਦਾ ਕਰਜ਼ਾ ਹੀ ਨਹੀਂ ਨਿਬੇੜੇ। ਮਾਂ ਬਾਪ ਕਮਜ਼ੋਰ ਹੋ ਗਏ ਨੇ, ਸੇਵਾ ਤਾਂ ਕਮਜ਼ੋਰ ਦੀ ਕਰੀ ਦੀ ਹੈ। ਸੰਸਾਰ ਵਿੱਚ ਜਿਸ ਪੱਖ 'ਤੇ ਕੋਈ ਕਮਜ਼ੋਰ ਹੈ, ਸੇਵਾ ਉਸ ਦੀ ਕਰਨੀ ਹੈ। ਜੋ ਮੇਰੇ ਪਿੱਛੇ ਚੱਲ ਰਿਹਾ, ਸੇਵਾ ਉਸ ਦੀ ਕਰਨੀ ਆਉਂਦੀ ਹੈ। ਬਰਾਬਰੀ 'ਤੇ ਆ ਜਾਏ, ਉਹਨੂੰ ਕਿਧਰੇ ਮੌਕਾ ਮਿਲਦਾ ਅਤੇ ਅੱਗੇ ਲੰਘੇ ਅਤੇ ਅੱਗੇ ਲੰਘ ਜਾਏ, ਇਹ ਰਾਜਨੈਤਿਕ ਨਹੀਂ ਕਰ ਸਕਦਾ। ਉਹਦੇ ਜੋ ਪਿੱਛੇ ਚੱਲ ਰਿਹਾ ਉਸ ਤੋਂ ਖਤਰਾ ਆਉਂਦਾ, ਕਿਧਰੇ ਬਰਾਬਰੀ 'ਤੇ ਨਾ ਆ ਜਾਏ, ਐਸਾ ਨਾ ਹੋਵੇ ਅੱਗੇ ਹੀ ਨਾ ਲੰਘ ਜਾਏ। ਤੋ ਜਿਹੜਾ ਪਿੱਛੇ ਆ ਰਿਹਾ ਹੁੰਦਾ ਉਹਨੂੰ ਖਿੱਚ ਕੇ ਲੱਤ ਮਾਰੀ ਜਾਂਦੀ ਹੈ, ਹੋਰ ਪਿੱਛੇ ਹੋ ਜਾਏ, ਨੇੜੇ ਨਾ ਹੋ। ਰਾਜਨੀਤੀ 'ਤੇ ਇਸ ਤਰ੍ਹਾਂ ਚੱਲਦਾ, ਹਕੀਕਤ ਹੈ, ਸੱਚਾਈ ਹੈ ਨਹੀਂ, ਅਤੇ ਬਰਾਬਰੀ 'ਤੇ ਆ ਜਾਏਗਾ। ਫਿਰ ਬਰਾਬਰੀ 'ਤੇ ਆ ਗਿਆ ਤਾਂ ਖਤਰਾ ਵੀ ਹੋ ਸਕਦਾ, ਹੋ ਗਿਆ ਅੱਗੇ ਨਿਕਲ। ਸੇਵਾ ਧਾਰਮਿਕ ਮਨੁੱਖ ਕਰ ਸਕਦਾ, ਅੱਗੇ ਲੰਘਦਾ ਤਾਂ ਲੰਘ ਜਾਂਦਾ। ਇਹਦਾ ਪਿੱਛੇ ਹੋਣਾ ਮੈਨੂੰ ਅਖਰਦਾ, ਔਖਾ ਕਰਦਾ, ਅੰਦਰ ਇਤਨੀ ਦਇਆ ਹੈ। ਮੈਂ ਦੋ ਟਾਈਮ ਖਾ ਲੈਂਦਾ, ਇਸ ਵਿਚਾਰੇ ਨੂੰ ਕੋਲ ਦੋ ਟਾਈਮ ਖਾਣ ਦਾ ਨਹੀਂ। ਮੈਂ ਸੁੰਦਰ ਕੱਪੜੇ ਪਹਿਨ ਲੈਂਦਾ, ਇਹਦੇ ਪਾਟੇ ਹੋਏ ਨੇ,
ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਹੈ। ਸੋ ਸੰਸਾਰ ਦੇ ਵਿੱਚ ਹਰ ਮਨੁੱਖ ਹਰ ਗੱਲ ਦੇ ਵਿੱਚ ਅੱਗੇ ਨਹੀਂ ਆਉਂਦਾ। ਕੋਈ ਕਲਾ ਦੇ ਵਿੱਚ ਪਿੱਛੇ ਆਉਂਦਾ, ਕੋਈ ਗਿਆਨ ਦੇ ਵਿੱਚ ਪਿੱਛੇ ਆਉਂਦਾ, ਕੋਈ ਧਨ ਦੇ ਵਿੱਚ ਪਿੱਛੇ ਆਉਂਦਾ, ਕੋਈ ਪ੍ਰਭਤਾ ਦੇ ਵਿੱਚ ਪਿੱਛੇ ਆਉਂਦਾ, ਹਰ ਗੱਲ ਦੇ ਵਿੱਚ ਕੋਈ ਮਨੁੱਖ ਅੱਗੇ ਨਹੀਂ ਆਉਂਦਾ। ਜਿਸ ਜਿਸ ਗੱਲ ਦੇ ਵਿੱਚ ਉਹ ਪਿੱਛੇ ਹੈ ਉਹਦੀ ਸੇਵਾ ਕਰਨੀ ਹੈ। ਵਿੱਚ ਦੁਨੀਆ ਸੇ ਕਮਾਈਏ ਤਾਂ ਦਰ ਗਏ ਬੈਸਣ ਪਾਈਏ। ਸੇਵਾ ਦੁਨੀਆ ਦੀ ਕਰਨੀ ਹੈ, ਸਿਮਰਨ ਦੀਨ ਦਾ ਕਰਨਾ ਹੈ। ਸੇਵਾ ਸੰਸਾਰ ਦੀ ਕਰਨੀ ਹੈ, ਸਿਮਰਨ ਨਿਰੰਕਾਰ ਦਾ ਕਰਨਾ। ਨਿਰੰਕਾਰ ਦੀ ਸੇਵਾ ਦੀ ਲੋੜ ਨਹੀਂ। ਨਿਰੰਕਾਰ ਨੂੰ ਪਾਣੀ ਪਿਲਾਓਗੇ ਜਿਹਨੇ ਸੱਤ ਸਾਗਰ ਬਣਾ ਦਿੱਤੇ ਨੇ। ਨਿਰੰਕਾਰ ਨੂੰ ਭੋਜਨ ਖਿਲਾਓਗੇ ਜਿਹੜਾ ਹੈ ਹੀ ਨਿਰਾਹਾਰ ਹੀ, ਉਹਦੀ ਕੀ ਸੇਵਾ ਕਰੋਗੇ? ਉਹਦੇ ਸਰਬ ਸ਼ਕਤੀਮਾਨ ਉਹ ਸਾਡੀ ਸੇਵਾ ਪਿਆ ਕਰਦਾ। ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ, ਉਹੀ ਦੇ ਰਿਹਾ। ਧਰਤੀ ਬਣ ਕੇ ਸਾਨੂੰ ਟਿਕਾਣਾ ਦਿੰਦਾ, ਉਸੇ ਨਹੀਂ ਦਿੰਦਾ। ਪਵਨ ਬਣ ਕੇ ਸਾਨੂੰ ਜੀਵਨ ਦਿੰਦਾ, ਪਾਣੀ ਬਣ ਕੇ ਸਾਨੂੰ ਜ਼ਿੰਦਗੀ ਦਿੰਦਾ, ਉਹੀ ਦੇ ਰਿਹਾ, ਉਹੀ ਦੇ ਰਿਹਾ। ਉਹ ਸਾਡੀ ਸੇਵਾ ਦੇ ਵਿੱਚ ਦਿਨ ਰਾਤ ਜੁਟਿਆ ਹੋਇਆ। ਪਰਮਾਤਮਾ ਸੇਵਾ ਨਾ ਕਰੇ ਤਾਂ ਅਸੀਂ ਕਿਸੇ ਇੱਕ ਸੈਕਿੰਡ ਵੀ ਨਹੀਂ ਹੋ ਸਕਦੇ। ਉਹ ਹਵਾ ਬਣ ਕੇ ਸਾਨੂੰ ਪ੍ਰਾਣ ਦੇ ਰਿਹਾ, ਉਹ ਪਾਣੀ ਬਣ ਕੇ ਸਾਨੂੰ ਜੀਵਨ ਦੇ ਰਿਹਾ, ਉਹ ਧਰਤੀ ਬਣ ਕੇ ਸਾਨੂੰ ਟਿਕਾਣਾ ਦੇ ਰਿਹਾ, ਉਹ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ। ਔਰ ਕੌਣ ਦੇ ਰਿਹਾ ਉਸ ਤੋਂ ਬਿਨਾਂ? ਉਹਦੇ ਸਾਹਮਣੇ ਅਸੀਂ ਕਮਜ਼ੋਰ, ਲਾਗਰਾ, ਲਾਚਾਰ ਹਾਂ। ਸਾਡੀ ਸੇਵਾ ਦੇ ਵਿੱਚ ਉਹ ਜੁਟਿਆ ਹੋਇਆ, ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ, ਸਿਮਰਨ ਕਰਕੇ ਅਸੀਂ ਉਸ ਨਾਲ ਜੁੜ ਜਾਈਏ, ਸੰਬੰਧ ਜੁੜ ਜਾਏਗਾ। ਉਹ ਤਾਂ ਸਾਡੇ ਨਾਲ ਜੁੜਿਆ ਹੋਇਆ, ਕਿਉਂਕਿ ਸਾਡੀ ਸਿਮਰਤੀ ਦੇ 'ਚ ਨਹੀਂ ਹੈ, ਇਸ ਵਾਸਤੇ ਅਸੀਂ ਟੁੱਟੇ ਹੋਇਆ। ਜੋ ਭੁੱਲ ਗਿਆ ਸੰਬੰਧ ਟੁੱਟ ਗਿਆ, ਜੋ ਯਾਦ ਆ ਜਾਏ ਸੰਬੰਧ ਜੁੜ ਗਿਆ। ਸੰਬੰਧ ਯਾਦਾਂ ਦੇ ਨੇ, ਸਿਮਰਤੀ ਦੇ ਨੇ, ਚੇਤੇ ਦੇ ਨੇ। ਪਹਿਲਾ ਕਰਜ਼ਾ ਪਿਤਰੀ ਰਹਿਣ। ਮਾਂ ਬਾਪ ਨੇ ਸੇਵਾ ਕੀਤੀ ਸੀ, ਹੁਣ ਤੂੰ ਸੇਵਾ ਕਰ, ਇਹ ਕਰਜ਼ਾ ਉਤਰੇਗਾ। ਬੇਈਮਾਨ ਤੱਕ ਕਹਿ ਦਿੱਤਾ ਹੈ ਭਾਈ ਗੁਰਦਾਸ ਸਿੰਘ ਨੇ, ਇਹਨੇ ਸੇਵਾ ਲੈ ਤੇ ਲਈ, ਹੁਣ ਬਦਲੇ 'ਚ ਦਿੰਦਾ ਇਹਨੇ। ਜਿਵੇਂ ਕਿਸੇ ਕੋਲ ਕਰਜ਼ਾ ਲੈ ਤੇ ਲਿਆ, ਲੁਟਾਉਂਦਾ ਇਹਨੇ, ਬੇਈਮਾਨ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਗੁਸਤਾਖੀ ਲਈ ਵਾਰ ਵਾਰ ਮਾਫ਼ੀ। ਇਸ ਤਰ੍ਹਾਂ ਦੇ ਬੇਈਮਾਨ ਮੈਂ ਬਹੁਤ ਦੇਖੇ ਨੇ, ਖੁਦ ਮੌਜਾਂ ਪੈ ਮਾਣਦੇ ਨੇ, ਮਾਂ ਬਾਪ ਧੱਕੇ ਪੈ ਦਿੰਦੇ, ਰੁਲਦੇ ਪੈ, ਪੁੱਛਦੇ ਤੱਕ ਨਹੀਂ। ਬੇਈਮਾਨ, ਬੇਈਮਾਨ ਅਗਿਆਨ ਪ੍ਰਾਣੀ ਪਿਤਰੀ ਰਹਿਣ। ਦੂਸਰਾ ਦੇਵ ਰਹਿਣ, ਦੇਵਤਿਆਂ ਦਾ ਕਰਜ਼ਾ। ਅਤੇ ਦੇਵਤੇ ਕੌਣ ਨੇ? ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੋਣ। ਪੰਜਵਾਂ ਪਾਇਆ ਬ੍ਰਿਤ ਤਾਂ ਹੋਆ ਪਾਕ ਪਵਿੱਤਰ। ਇਹ ਸਾਰੇ ਦੇਵਤੇ ਨੇ ਔਰ ਪਵਿੱਤਰ ਨੇ। ਫਿਰ ਭੋਜਨ ਬਣਿਆ ਪਵਿੱਤਰ ਹੈ, ਪਰ ਪਾਪੀ ਸਿਉਂ ਤਨ ਗੱਡਿਆ, ਧੁੱਖਾਂ ਪਈਆਂ ਤਿੱਖ। ਇਸ ਅਪਵਿੱਤਰ ਤਨ ਦੇ ਅੰਦਰ
ਜਦ ਭੋਜਨ ਜੋ ਦੇਵਤਿਆਂ ਦੇ ਸੰਯੋਗ ਤੋਂ ਬਣਿਆ ਅਪਵਿੱਤਰ ਹੋ ਜਾਂਦਾ, ਦੇਖ ਕੇ ਵੀ ਗਿਰਣਾ ਪੈਦਾ ਆਉਂਦੀ ਹੈ ਜੋ ਸਰੀਰ ਵਿੱਚ ਹੋ ਜਾਂਦਾ। ਪਾਪੀ ਸੌ ਤਨ ਗੱਡਿਆ, ਇਸ ਅਪਵਿੱਤਰ ਤਨ ਦੇ ਵਿੱਚ ਜਦ ਇਹ ਪਵਿੱਤਰ ਭੋਜਨ ਗੱਡਿਆ ਜਾਂਦਾ, ਪਾਇਆ ਜਾਂਦਾ ਮੂੰਹ ਦੇ ਰਾਹੀਂ ਥੁੱਕਾਂ ਪਈਆਂ, ਕਿਤੇ ਅਪਵਿੱਤਰ ਹੋ ਜਾਂਦਾ, ਅਪਵਿੱਤਰ ਹੋ ਜਾਂਦਾ।